ਦੇਸ਼ ਵਿੱਚ ਵੱਧ ਰਹੀਆਂ ਜਬਰ ਜਨਾਹ ਦੀਆਂ ਘਟਨਾਵਾਂ ਕਾਰਨ ਲੜਕੀਆਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ, ਪਰੰਤੂ ਸਮੇਂ ਦੀਆਂ ਸਰਕਾਰਾਂ ਇਸ ਵੱਲ ਸਖ਼ਤ ਕਦਮ ਚੁੱਕਣ ਦੀ ਥਾਂ ਹੱਥ ਤੇ ਹੱਥ ਧਰੀ ਬੈਠੀ ਹੈ। ਇਹ ਗੱਲ ਸੈਂਟਰਲ ਵਾਲਮੀਕਿ ਸਭਾ ਇੰਡੀਅਨ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਗੇਜਾ ਰਾਮ ਵਾਲਮੀਕਿ ਨੇ ਸਰਹੰਦ ਮੰਡੀ ਵਿਖੇ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਲੜਕੀਆਂ ਦੀ ਸੁਰੱਖਿਆ ਲਈ ਕੇਂਦਰ ਸਰਕਾਰ ਨੂੰ ਸਖ਼ਤ ਕਦਮ ਚੁੱਕਦੇ ਹੋਏ ਬਾਹਰਲੇ ਮੁਲਕਾਂ ਵਾਂਗ ਜਬਰ ਜਨਾਹ ਕਰਨ ਵਾਲੇ ਆਰੋਪੀਆਂ ਨੂੰ ਨਾਲ ਦੀ ਨਾਲ ਸਖ਼ਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ ਤਾਂ ਕਿ ਕੋਈ ਵੀ ਅਜਿਹੀ ਕਾਨੂੰਨੀ ਹਰਕਤ ਕਰਨ ਬਾਰੇ ਸੋਚ ਵੀ ਨਾ ਸਕੇ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕਤਲ ਦੀਆਂ ਵਾਰਦਾਤਾਂ ਵਿੱਚ ਵੀ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਵੋਟਾਂ ਸਮੇਂ ਕਈ ਵਾਅਦੇ ਲੋਕਾਂ ਨਾਲ ਕੀਤੇ ਗਏ, ਪਰੰਤੂ ਇੱਕ ਵੀ ਵਾਅਦੇ ਤੋਂ ਉਹ ਖਰੀ ਨਹੀਂ ਉਤਰੀ। ਅੱਜ ਦਾ ਮਾਮਲਾ ਇਹ ਹੈ ਕਿ ਪੂਰੇ ਦੇਸ਼ ਦੇ ਵਿੱਚ ਛੋਟੀ ਛੋਟੀ ਬੱਚੀਆਂ ਦੇ ਨਾਲ ਬਲਾਤਕਾਰ ਕੀਤਾ ਜਾ ਰਿਹਾ ਤੇ ਮੋਦੀ ਚੁੱਪ ਕਰਕੇ 56 ਇੰਚ ਦੀ ਛਾਤੀ ਜਿਹੜੀ ਫੈਲਾ ਕੇ ਕਹਿ ਰਿਹਾ ਸੀ ਵੀ ਮੈਂ ਦੇਸ਼ ਦੇ ਵਿੱਚ ਬੱਚੀਆਂ ਦੇ ਨਾਲ ਨਿਆਂ ਹੀ ਨਹੀਂ ਹੋਣ ਦੇਵਾਂਗਾ। ਪਰ ਅਫਸੋਸ ਦੀ ਗੱਲ ਹੈ, ਜਦੋਂ ਮੋਦੀ ਆਪੋਜੀਸ਼ਨ ਵਿੱਚ ਸੀ ਉਦੋਂ ਇਹ ਗੱਲਾਂ ਕਰਦਾ ਸੀ, ਅੱਜ ਮੋਦੀ ਸਰਕਾਰ ਦੇ ਵਿੱਚ ਹੈ। ਅੱਜ ਇਹਦੀ ਸਰਕਾਰ ਦੇ ਵਿੱਚ ਚਾਹੇ ਉਹ ਗੁਜਰਾਤ ਹੈ, ਚਾਹੇ ਯੂਪੀ ਹੈ, ਚਾਹੇ ਮੱਧ ਪ੍ਰਦੇਸ਼ ਹੈ, ਇਹ ਸਰਕਾਰਾਂ ਦੇ ਵਿੱਚ ਅੱਜ 10-10, 12-12 ਸਾਲ ਦੀਆਂ ਅਤੇ 9-9 ਸਾਲ ਦੀਆਂ ਬੱਚੀਆਂ ਨਾਲ ਬਲਾਤਕਾਰ ਹੋ ਰਿਹਾ ਅਤੇ ਉਹਨਾਂ ਨੂੰ ਜਾਨ ਤੋਂ ਮਾਰਿਆ ਜਾ ਰਿਹਾ। ਅੱਜ ਮੋਦੀ ਚੁੱਪ ਕਰਕੇ ਮੌਨ ਭਗਤ ਬਣੇ ਹੋਇਆ। ਅਸੀਂ ਮੋਦੀ ਨੂੰ ਕਹਿ ਰਹੇ ਕਿ ਮੋਦੀ ਆਪਣਾ ਮੌਨ ਵਰਤ ਖੋਲ ਤੇ ਬੱਚਿਆਂ ਨਾਲ ਜਿਹੜਾ ਬਲਾਤਕਾਰ ਹੋ ਰਿਹਾ ਇਹਦੇ ਬਾਰੇ ਤੂੰ ਆ ਕੇ ਲੋਕਾਂ ਨੂੰ ਦੱਸ। ਅੱਜ ਮੋਦੀ ਨੂੰ ਸ਼ਰਮ ਨਾਲ ਆਪਣੀ ਕੁਰਸੀ ਛੱਡ ਦੇਣੀ ਚਾਹੀਦੀ ਹੈ, ਕਿਉਂਕਿ ਦੇਸ਼ ਦੇ ਵਿੱਚ ਅੱਜ ਬਲਾਤਕਾਰ ਦੇ ਦਿਨ ਪਰ ਦਿਨ ਬੱਚਿਆਂ ਨਾਲ ਮਾਰਿਆ ਅਤੇ ਉਹਨਾਂ ਨੂੰ ਮਕਾ ਕੇ ਰੱਖਿਆ ਜਾ ਰਿਹਾ। ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਮੋਦੀ ਬਚਾਓ, ਦੇਸ਼ ਬਚਾਓ ਤੇ ਬੱਚਿਆਂ ਦੀ ਇੱਜ਼ਤ ਉਦੋਂ ਬਚੇਗੀ ਜਦੋਂ ਮੋਦੀ ਦੇਸ਼ ਨੂੰ ਛੱਡ ਕੇ ਕਿਸੇ ਹੋਰ ਪਾਸੇ ਜਾਊਗਾ। ਇਸ ਕਰਕੇ ਅਸੀਂ ਆਪਣੇ ਵੱਲੋਂ ਤੇ ਕਾਂਗਰਸ ਪਾਰਟੀ ਵੱਲੋਂ ਅਸੀਂ ਬਤੌਰ ਜਨਰਲ ਸਕੱਤਰ ਮੋਦੀ ਨੂੰ ਭਜਾਉਣ ਦੇ ਵਿੱਚ ਅਹਿਮ ਰੋਲ ਸੈਂਟਰ ਵਾਲਮੀਕ ਸਭਾ ਇੰਡੀਆ ਦਾ ਹੋਏਗਾ, ਜਿਸ ਵਾਸਤੇ ਅਸੀਂ ਸਾਰੇ ਹੀ ਅਹੁਦੇਦਾਰ ਇਕੱਠੇ ਹੋ ਕੇ ਅੱਜ ਇਹ ਨਾਰਾ ਲਾ ਰਹੇ ਹਾਂ ਕਿ ਮੋਦੀ ਨੂੰ ਭਜਾਉਣਾ ਹੈ ਤੇ ਦੇਸ਼ ਨੂੰ ਬਚਾਉਣਾ ਹੈ। ਫਤਿਹਗੜ੍ਹ ਸਾਹਿਬ ਤੋਂ ਪੰਜਾਬੀ ਸਰਗਰਮੀਆਂ ਲਈ ਕੈਮਰਾਮੈਨ ਹਰਵਿੰਦਰ ਮੰਗਾ ਦੇ ਨਾਲ ਦਵਿੰਦਰ ਸਿੰਘ ਖਰੋੜੀ ਦੀ।